ਜਿੱਦਾਂ ਇਹ ਬਸਤੀ ਨੂੰ ਕਮਜ਼ੋਰ ਤਰੀਨ ਬਸਤੀ ਕਿਹਾ ਜਾਂਦਾ। ਜੀ ਜੀ ਜੀ, ਹਰ ਤਰਫ ਖੈਮਾ ਹੀ ਖੈਮੇ ਹੈ, ਜਿਹਨਾਂ ਦਾ ਨਾ ਕੋਈ ਘਰ ਆ ਨਾ ਕੋਈ ਬਾਹਰ। ਬਿਸਮਿਲ੍ਲਾਹਿ ਰਹਿਮਾਨ ਰਹੀਮ। ਯਕੀਨਨ ਮੁਬੀਨ ਭਾਈ, ਅਲਹਮਦੁਲਿਲਾ ਮੁਖਤਲਿਫ ਪ੍ਰੋਜੈਕਟ ਚੱਲਦੇ ਰਹਿੰਦੇ ਨੇ। ਜਿਹੜਾ ਅੱਜ ਦਾ ਪ੍ਰੋਜੈਕਟ ਹੈ ਨਾ, ਖਸੂਸੀ ਤੌਰ 'ਤੇ ਨੰਨੇ ਮੁੰਨੇ ਕਲੀਆਂ ਬੱਚਿਆਂ ਵਾਸਤੇ ਪ੍ਰੋਜੈਕਟ ਹੈ। ਔਰ ਸਾਡੇ ਸਰ ਜੀ ਨੇ ਖਸੂਸੀ ਤੌਰ 'ਤੇ ਪੈਗਾਮ ਦਿੱਤਾ ਕਿ ਬੱਚਿਆਂ ਨੂੰ ਐਸੇ ਤੋਹਫੇ ਤਾਜ ਦਿੱਤੇ ਜਾਣ ਜਿਹਦੇ ਅੰਦਰ ਨਮਕੀਨ ਵੀ ਔਰ ਮਿੱਠਾ ਵੀ ਮਿੱਠਿਆਂ ਦੇ ਅੰਦਰ ਜਲੇਬੀਆਂ ਕੇ ਔਰ ਨਮਕੀਨ ਦੇ ਅੰਦਰ ਫਿਰ ਨਾਲੇ ਸਮੋਸੇ ਹੋ ਗਏ। ਸਮੋਸੇ ਜੇ ਨਬੀ ਪਾਕ ਸੱਲਮ ਦੇ ਦਰੂਦ ਪਾਕ ਪੜ੍ਹਨ ਦੀ ਕਿੰਨੀ ਫਜ਼ੀਲਤ ਆ। ਕਿਆਮਤ ਵਾਲੇ ਦਿਨ ਹਿਸਾਬ ਕਿਤਾਬ ਦੇ ਦਿਨ ਆਪ ਸੱਲੱਲਾਹੁ ਅਲੈਹਿ ਵਸੱਲਮ ਕੁਛ ਕੁਛ ਨਸੀਬਾਂ ਦਾ ਥੋੜਾ ਨਾਮ ਲਓਗੇ ਕਿ ਇਹਦਾ ਉਹ ਨਾਮ ਆ, ਉਹਦੇ ਨਾਮ ਤੋਂ ਪੁਕਾਰੋਗੇ। ਸੁਭਾਨ, ਬੰਦਾ ਪੁੱਛੂਗਾ ਐ ਅੱਲਾਹ ਦੇ ਮਹਿਬੂਬ ਸਰਕਾਰ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ, ਤੁਹਾਨੂੰ ਮੇਰਾ ਨਾਮ ਕਿਸ ਤਰ੍ਹਾਂ ਪਤਾ ਵਾ? ਆਪ ਫਰਮਾਓਗੇ ਕਿ ਬੰਦਿਆ, ਜਿਹੜਾ ਤੂੰ ਦਰੂਦ ਪਾਕ ਪੜ੍ਹਦਾ ਸੀ ਨਾ, ਫਰਿਸ਼ਤੇ ਜਿਹੜੇ ਉਸ ਦਰੂਦ ਪਾਕ ਦੇ ਨਾਮ ਤੇਰਾ ਨਾਮ ਲੈ ਕੇ ਮੇਰੇ ਕੋਲ ਪਹੁੰਚਾਉਂਦੇ ਹੁੰਦੇ ਸੀ। ਮੈਂ ਤੈਨੂੰ ਉਸ ਨਾਮ ਤੋਂ ਪੁਕਾਰ ਰਿਹਾ ਵਾ। ਅੱਲਾਹ ਪਾਕ ਸਾਨੂੰ ਆਪਣੇ ਨਬੀ ਦਾ ਦੀਦਾਰ ਨਸੀਬ ਫਰਮਾਏ। ਆਮੀਨ ਆਮੀਨ। ਔਰ ਯਕੀਨਨ ਮੁਬੀਨ ਭਾਈ, ਟਾਈਮ ਵੀ ਕਾਫੀ ਸ਼ਾਰਟ ਹੈ, ਔਰ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਉਸ ਬਸਤੀ ਦੇ ਅੰਦਰ ਪਹੁੰਚਣਾ ਜਿੱਥੇ ਕਸੀਰ ਤਦਾਦ ਦੇ ਅੰਦਰ ਬੱਚੇ, ਯਾਨੀ ਕਿ ਸਮਝ ਲਓ ਕੋਈ ਗਰੀਬ ਬਸਤੀ ਹੈ। ਬਸਤੀ ਹੈ ਤੇ ਵੀ ਆ ਦੇਖੋ, ਬੜੀ ਸਾਫ ਸੁਥਰਾਈ ਨਾਲ ਡਾਇਰੈਕਟ ਵੀ ਪਕੜਾ ਸਕਦੇ ਸੀ, ਲੇਕਿਨ ਡੱਬੇ ਦੇ ਅੰਦਰ ਰਸਤਾ ਪੈਕੇਜ ਕਰਕੇ ਤਾਂ ਕਿ ਮਿੱਟੀ ਕੱਟੇ ਤੋਂ ਹਰ ਕਿਸਮ ਤੋਂ ਮਹਿਫੂਜ਼ ਰਹੇ। ਔਰ ਐਂਡ ਤੇ ਖਸੂਸੀ ਤੌਰ ਤੇ ਆਪਣੀ ਬਹਿਨ ਸੀਰਾ ਫਾਤਮਾ ਵਾਸਤੇ ਖਸੂਸੀ ਦੁਆ ਹੋਣੀ ਹੈ ਕਿ ਅੱਲਾਹ ਤਾਲਾ ਸਾਡੀ ਬਹਿਨ ਉਸੇ ਤੋਂ ਸਲਾਮਤ ਲੰਬੀ ਜ਼ਿੰਦਗੀ ਦਾ ਤਾਂ ਫਿਰ ਮਸੂਮ ਕਲੀਆਂ ਦੇ ਅੱਗੇ ਵੰਡ ਕੇ ਆਈਏ ਤੇ ਉਹਨਾਂ ਖੁਸ਼ ਨਸੀਬਾਂ ਦੇ ਐਂਡ ਤੇ ਦੁਆ ਵੀ ਕਰੀਏ ਜੇ ਵੀ ਨਾ, ਲੋਕਾਂ ਤੋਂ ਦੁਆ ਲਈਏ। ਹੈ ਹਾਂਜੀ। ਲਓ ਜੀ ਮੁਬੀਨ ਭਾਈ, ਅਲਹਮਦੁਲਿਲਾ ਇਹ ਬਸਤੀ ਨੂੰ ਕਮਜ਼ੋਰ ਤਰੀਨ ਬਸਤੀ ਕਿਹਾ ਜਾਂਦਾ। ਜੀ ਜੀ ਜੀ, ਹਰ ਤਰਫ ਖੈਮਾ ਹੀ ਖੈਮੇ ਹੈ, ਜਿਹਨਾਂ ਦਾ ਨਾ ਕੋਈ ਘਰ ਆ ਨਾ ਕੋਈ ਬਾਹਰ। ਔਰ ਇਸ ਬਸਤੀ ਦੇ ਅੰਦਰ ਕੋਈ ਸ਼ਾਜ਼ੋ ਨਾਜ਼ਰੀ ਪਹੁੰਚਦਾ, ਕਿਉਂਕਿ ਇਲਾਕੇ ਬੜੇ ਦਿਸ਼ਵਾਰਾ। ਦੇਖੋ ਹੁਣ ਇਰਦ ਗਿਰਦ ਵਿਚਾਰਿਆਂ ਨੇ ਆਪਣੀਆਂ ਕੰਨਾਂ ਕਿੱਕਰਾਂ ਵੱਢ ਵੱਢ ਕੇ ਬਾਲਣ ਜਮਾ ਕੇ ਦੀਵਾਰ ਜੇ ਪੀ ਦੀ ਬਣਾਣੀ ਹੈ, ਕੁਛ ਬਾਲਣ ਬਾਣਾ ਨਾ ਬਾਲਣ ਹੈ। ਦਿਲੀ ਦੁਆ ਕੇ ਮੁਬੀਨ ਭਾਈ ਅੱਜ ਦਾ ਕਿ ਸੀਰਾ ਫਾਤਮਾ ਬਹਿਨ ਨੂੰ ਅੱਲਾਹ ਤਾਲਾ ਸਿਹਤ ਤੋਂ ਸਲਾਮਤੀ ਵਾਲੀ ਲੰਬੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਅੱਲਾਹ ਖੁਸ਼ੀਆਂ ਦੇ ਅੰਦਰ ਬਦਲੇ, ਕਿ ਜਿਹੜੇ ਕਿੱਥੋਂ ਬੈਠ ਕੇ ਕਿਸ ਬਸਤੀਆਂ ਦਾ ਸੋਚਦੇ ਜੀ, ਜਿਹੜੇ ਫਿਰ ਏਦਾਂ ਦੀ ਸੋਚ ਰੱਖਦੇ ਨੇ, ਅੱਲਾਹ ਨੇਮਤ ਬਦਲ ਫਿਰ ਉਸ ਲੋਕਾਂ ਨੂੰ ਦੁਨੀਆ ਆਖਰ ਦੀਆਂ ਨੇਮਤਾਂ ਦੇ ਨਾਲ ਮਾਦਾ ਮਾਲ ਫਰਮਾ। ਸੁਭਾਨ ਅੱਲਾਹ, ਜਿਹੜਾ ਵੀ ਕਿਸੇ ਨੂੰ ਦੁਨੀਆ 'ਚ ਖਾਣਾ ਖਿਲਾਉਂਦਾ ਨਾ, ਅੱਲਾਹ ਪਾਕ ਨੇ ਉਹਦਾ ਵਾਅਦਾ ਕੀਤਾ ਕਿ ਕੱਲ ਮੈਂ ਤੈਨੂੰ ਜੰਨਤ ਦੇ ਖਾਣੇ ਖਾ। ਔਰ ਫਿਰ ਜੰਨਤ ਦੇ ਉਹ ਖਾਣੇ ਆ ਕਿ ਜਿਹੜਾ ਯਕੀਨ ਜਾਣ ਲਓ ਕਿ ਇੱਕ ਲੁਕਮੇ ਨੂੰ ਆਵਾਮ ਤਰਸ ਰਹੀ ਹੈ, ਅੱਲਾਹ ਜੰਨਤ ਦਾ ਇੱਕ ਲੁਕਮਾ ਦੇ ਦੇ, ਅੱਲਾਹ ਜੰਨਤ ਦਾ ਖਾਣਾ ਦੇ ਦੇ, ਤੇ ਜੰਨਤ ਦਾ ਖਾਣਾ ਉਹ ਹੋਊਗਾ ਕਿ ਜਿਹੜਾ ਇੱਕ ਵਾਰੀ ਖਾਊਗਾ ਤੇ ਇਨਸ਼ਾਅੱਲਾ ਸਾਰੀ ਜ਼ਿੰਦਗੀ ਸਮਝ ਲਓ ਦੁਨੀਆ ਦੇ ਖਾਣੇ ਭੁੱਲ ਗਿਆ। ਸੱਲੀ ਅੱਲਾ ਮੁਹੰਮਦ ਵਾਲਾ ਅਲੀ ਮੁਹੰਮਦ ਵਬਾਰਿਕ ਵਸੱਲਿਮ ਵਸੱਲੇ ਅਲੀ। ਐ ਮੇਰੇ ਅੱਲਾ, ਅੱਜ ਦਾ ਬਿਲਖਸੂਸ ਤਕਸੀਮੇ
ਖਾਣ ਪੀਣ ਦਾ ਮੌਲਾ ਪ੍ਰੋਗਰਾਮ ਸਾਡੀ ਬਹਿਣ ਸੀਰਾ ਫਾਤਮਾ ਦੀ ਤਰਫੋਂ ਪੇਸ਼ ਕੀਤਾ ਗਿਆ ਆਪਣੀ ਬਾਰਗਾਹ ਕਬੂਲ ਮੰਜ਼ੂਰ ਆਮੀਨ। ਮੌਲਾ ਨੇਮੁਲ ਬਦਲ ਸਾਡੀ ਬਹਿਣ ਨੂੰ ਸਿਹਤ ਸਲਾਮਤੀ ਵਾਲੀ ਲੰਬੀ ਜ਼ਿੰਦਗੀ ਦਾ ਮੌਲਾ ਜੋ ਵੀ ਉਹਨਾਂ ਦੀਆਂ ਦਿਲੀ ਖੁਆਇਸ਼ਾਂ ਤਾਂ ਦੁਨੀਆ ਦੇ ਅੰਦਰ ਵੀ ਪੂਰਾ ਫਰਮਾ ਔਰ ਆਖਰੇ ਦੇ ਅੰਦਰ ਵੀ ਪੂਰਾ ਫਰਮਾ। ਮੌਲਾ ਉਹਨਾਂ ਨੇ ਇਸ ਦੁਨੀਆ ਦੇ ਅੰਦਰ ਮਾੜੇ ਲੋਕਾਂ ਨੂੰ ਖਾਣਾ ਖਿਲਾਇਆ, ਕੱਲ ਕਿਆਮਤ ਵਾਲੇ ਦੀ ਜੰਨਤ ਦੇ ਆਲਾ ਆਲਾ ਖਾਣਿਆਂ ਦੇ ਨਾਲ ਮਿਹਰਬਾਨੀ ਫਰਮਾ ਆਮੀਨ। ਔਰ ਬਿਲਖਸੂਸ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਹੱਥਾਂ ਮੁਬਾਰਕ ਤੋਂ ਹੋਜ਼ੇ ਕੌਸਰ ਤਾ ਫਰਮਾ ਵਸੱਲੱਲਾਹੁ ਤਾਲਾ ਅਲਾ ਖੈਰ ਖਲਕੀ ਮੁਹੰਮਦ।